सख्त मेहनत दे नाल दिन रात एक करके पहरा दे के पाली गई जदों धियां पुत्तां वांग फसल अखीर दे समें दे विच मंडियां विच जाण तों पहला पक्की हुंदी है, खेतां च खड़ी हुंदी है। एक कुदरत दी मार पै जांदी है ते दूजा इंसान खुद भी इंसान दा दुश्मन बन जांदा है। एक मामला इसे तरह दा सामने आया बठिंडा जिला दे पिंड दान सिंह तों, जिथे एक तस्वीर सामने आई है। किसान एक पासे अपनी पक्की फसल की राखी करते नजर आ रहे हैं तो दूजे पासे गवांडी ही जेडे कि सरों की फसल उत्थों वढ़ी गई तो पिछे बचा खुचा जिहड़ा नाड़ है उसनू अग लगाई गई उस रहिंद खूंद नू और उसके उत्ते खतरा मंडरा रहा सी। तो उन्होंने किसानों ने अपने गवांडी किसान नू समझाउण की कोशिश की, हाथ जोड़े तरले मिन्नतां कीते कि अग ना लगाओ। तस्वीर पहला तुहाडे नाल सांझी करदे आ। और इस तरह का जिहड़ा मसला है हर साल हर सीजन दे विच सामने आउंदा है। इस दे नाल जिथे ही मिट्टी ते फसल दा नुकसान हुंदा है उत्थे ही माली तौर दे उत्ते वड्डा नुकसान जदों किसान दा हो जांदा है। ते किसान एक वारी एक सीजन च जदों फसल अपनी गवा बैठदा है, जदों अपनी कीती हुई जिणस कमाई नूं गवा बैठदा है तां फिर कई साल उह पिछे धक्किया जांदा है। पहलां उह तस्वीर देखो और इस तस्वीर तों अंदाजा लगा के आप भी सीखो कि सूबे भर दे विच हाले वाढी शुरू होणी है। जे कई थावां दे उत्ते हो भी गई होवे ਤਾਂ ਵੱਡੀ ਗਿਣਤੀ ਦੇ ਵਿੱਚ ਲੱਖਾਂ ਏਕੜ ਕਣਕ ਹੈ ਜਿਹੜੀ ਉਹ ਸੋਨੇ ਵਾਂਗ ਖੜੀ ਹੈ, ਜਿਹੜੀ ਉਸਨੂੰ ਬਰਬਾਦ ਨਾ ਕੀਤਾ ਜਾਵੇ, ਅੱਗ ਦੇ ਵਿੱਚ ਨਾ ਧੱਕਿਆ ਜਾਵੇ, ਅੱਗ ਨਾ ਲਗਾਈ ਜਾਵੇ। ਇਹ ਤਸਵੀਰ ਦੇਖੋ, ਇੱਥੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਕਿਸਾਨ ਨੇ ਜਿਹੜੇ ਉਹ ਆਪਣੀ ਫਸਲ ਨੂੰ ਬਚਾਉਣ ਦੇ ਲਈ ਆਪਣੇ ਹੱਥ ਪੱਲੇ ਹੱਥ ਪੈਰ ਜਿਹੜੇ ਨੇ ਮਾਰਦੇ ਨਜ਼ਰ ਆਉਂਦੇ ਨੇ। ਇੱਕ ਕੁੱਕ ਦਾ ਹਾਲ, ਸਾਰੇ ਪਾਸੇ ਕਣਕਾਂ ਖੜੀਆਂ ਤੇ ਇੱਧਰ ਆ ਸਰਵਾਂ ਵਾਲੇ ਨੂੰ ਅੱਗ ਲਈ ਬੈਠੇ ਆ। ਦੇਖ ਗੰਗਾ ਪਿੰਡ ਦੇ ਆ ਆਸੇ ਪਾਸੇ ਸਾਰੇ ਕਣਕਾਂ ਖੜੀਆਂ ਹਜੇ, ਉੱਤੋਂ ਕਹਿੰਦੇ ਨੁਕਸਾਨ ਹੋਊਗਾ ਜਿਹੜਾ ਅਸੀਂ ਭਰਾਂਗੇ। ਹਾਂ, ਉੱਤੋਂ ਦਬ ਕੇ ਮਾਰਦੇ ਆ ਆ ਭੱਠੇ ਕੋਲੇ ਆਲੂ ਵਾਲੀ ਸੜਕ ਤੇ। ਆ ਵੇਖੋ ਬਈ, ਅੱਗ ਲਾਈ ਆ ਇੱਥੇ ਇਹਨਾਂ ਨੇ ਤੇ ਕਹਿੰਦੇ ਸਾਡੀ ਜ਼ਿੰਮੇਵਾਰੀ ਆ ਜਿਹੜਾ ਨੁਕਸਾਨ ਹੋਊਗਾ। ਇੰਨੇ ਜਾਣੇ ਅਸੀਂ ਯਾਰ ਉਹੀ ਤਾਂ ਨੀ ਆਏ ਇੱਥੇ, ਆ ਕਣਕਾਂ ਖੜੀਆਂ ਆਸੇ ਪਾਸੇ ਸਾਰੀਆਂ। ਤਾਂ ਤੁਸੀਂ ਖੁਦ ਸੁਣਿਆ ਕਿ ਜਿਹੜੇ ਕਿਸਾਨ ਕਣਕ ਦੀ ਰਾਖੀ ਕਰ ਰਹੇ ਨੇ, ਇਹ ਤਸਵੀਰ ਤਾਂ ਸਿਰਫ ਇੱਕ ਪਿੰਡ ਤੋਂ ਆ, ਇੱਕ ਖੇਤ ਤੋਂ ਸਾਹਮਣੇ ਆਈ ਹੈ, ਪਰ ਇਸੇ ਤਰੀਕੇ ਦੇ ਨਾਲ ਰਾਖੀ ਸੂਬੇ ਭਰ ਦੇ ਵਿੱਚ, ਇੱਥੋਂ ਤੱਕ ਕਿ ਜਿੱਥੇ ਜਿੱਥੇ ਵੀ ਕਿਸਾਨ ਕਿਸੇ ਵੀ ਕੋਨੇ 'ਚ ਵੱਸਦਾ ਹੈ ਉੱਥੇ ਰਾਖੀ ਕੀਤੀ ਜਾ ਰਹੀ ਹੈ। ਤਾਂ ਜਿੱਥੇ ਹੀ ਅੱਗ ਲਾਉਣ ਦੇ ਨਾਲ ਫਸਲ ਦਾ ਨੁਕਸਾਨ ਹੁੰਦਾ ਹੈ, ਉਸ ਤੋਂ ਪਹਿਲਾਂ ਜਿਹੜੀ ਜ਼ਮੀਨ ਹੈ ਉਸ ਦਾ ਨੁਕਸਾਨ ਵੱਖਰਾ ਹੁੰਦਾ ਹੈ, ਹਵਾ ਪ੍ਰਦੂਸ਼ਣ ਵੀ ਹੁੰਦਾ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਵੀ ਪਿੰਡਾਂ ਦੇ ਲੋਕ ਹੋ ਜਾਂਦੇ ਨੇ, ਔਰ ਉਹੀ ਧੂੰਆਂ ਜਿਹੜਾ ਉਹ ਸ਼ਹਿਰਾਂ ਤੱਕ ਜਦੋਂ ਪੁੱਜਦਾ ਤਾਂ ਇਸ ਦੇ ਨਾਲ ਹੋਰ ਬਹਾਨਾ ਮਿਲਦਾ ਕਈਆਂ ਨੂੰ ਇਸ ਦੇ ਉੱਤੇ ਵੀ ਰੋਟੀਆਂ ਸੇਕਣ ਦਾ, ਕਿ ਦੇਖੋ ਪਿੰਡਾਂ ਤੋਂ ਨਿਕਲੀ ਜਿਹੜੇ ਲੱਗੀ ਅੱਗ ਤੇ ਨਿਕਲੇ ਧੂੰਏ ਨੇ ਕਿੱਡਾ ਵੱਡਾ ਲੋਕਾਂ ਦਾ ਨੁਕਸਾਨ ਕਰ ਦਿੱਤਾ ਹੈ। ਹਾਲਾਂਕਿ ਇਸੇ ਤਰੀਕੇ ਦੇ ਨਾਲ ਲਗਾਤਾਰਤਾ ਦੇ ਵਿੱਚ ਜਿਹੜੀਆਂ ਫੈਕਟਰੀਆਂ ਵੱਡੇ ਪੱਧਰ ਦੇ ਉੱਤੇ ਪੋਲਿਊਸ਼ਨ ਕਰ ਰਹੀਆਂ ਨੇ, ਉਹਨਾਂ ਦੀ ਜਵਾਬਦੇਹੀ ਕਦੋਂ ਮਿਲੇਗੀ, ਕਦੋਂ ਹੋਵੇਗੀ? ਉਹਨਾਂ ਨੂੰ ਵੀ ਪ੍ਰਦੂਸ਼ਣ ਫੈਲਾਉਣ ਤੋਂ ਰੋਕਣਾ ਚਾਹੀਦਾ। ਪਰ ਜਿੱਥੇ ਇਸ ਤਰ੍ਹਾਂ ਦੀ ਅੱਗ ਲਾਉਣ ਦੇ ਮੰਜਰ ਜਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਉੱਥੇ ਸਭ ਤੋਂ ਪਹਿਲਾਂ ਨੁਕਸਾਨ ਉਹਨਾਂ ਦਾ ਹੁੰਦਾ ਜਿਹੜੇ ਖੇਤਾਂ ਦੇ ਵਿੱਚ ਅੱਗ ਲੱਗਦੀ ਹੈ। ਉਸ ਤੋਂ ਬਾਅਦ ਬਾਕੀ ਲੋਕਾਂ ਨੂੰ ਵੀ ਉਸਦਾ ਨੁਕਸਾਨ ਹੈ ਜਿਹੜਾ ਭੁਗਤਣਾ ਪੈਂਦਾ। ਅਤੇ ਸਾਡੇ ਵੱਲੋਂ ਵੀ ਇਹੀ ਸਾਰਿਆਂ ਨੂੰ ਅਪੀਲ ਹੈ ਕਿ ਜਦੋਂ ਤੱਕ ਵਾਢੀ ਹੈ ਜਿਹੜੀ ਹੋ ਨਹੀਂ ਜਾਂਦੀ ਘੱਟੋ ਘੱਟ, ਉਦੋਂ ਤੱਕ ਸਾਰੇ ਹੀ ਧਿਆਨ ਰੱਖਣ ਔਰ ਇੱਕ ਦੂਜੇ ਦਾ ਸਾਥ ਦੇਣ ਕਿ ਕਿਸੇ ਦੀ ਫਸਲ ਦਾ ਨੁਕਸਾਨ ਨਾ ਹੋਵੇ। ਅਤੇ ਉਸ ਤੋਂ ਬਾਅਦ ਵੀ ਜਿਹੜਾ ਕਿਉਂਕਿ ਵੱਡਾ ਰੌਲਾ ਪੈਂਦਾ ਇਸ ਦੇ ਉੱਤੇ, ਲਗਾਤਾਰ ਚਰਚਾ ਚੱਲਦੀ ਹੈ, ਹਰ ਸੀਜ਼ਨ ਵਿੱਚ ਚੱਲਦੀ ਹੈ ਕਿ ਕਿਸਾਨਾਂ ਨੂੰ ਅੱਗ ਖੇਤਾਂ 'ਚ ਨਹੀਂ ਲਾਉਣੀ ਚਾਹੀਦੀ, ਨਾੜ ਨੂੰ ਅੱਗ ਨਹੀਂ ਲਾਉਣੀ ਚਾਹੀਦੀ, ਪਰ ਕਿਸਾਨਾਂ ਦਾ ਇੱਕ ਗਲਾ ਸ਼ਿਕਵਾਏ ਹੁੰਦਾ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਨੇ ਕਿ ਬੇਸ਼ੱਕ ਕਿਸਾਨ ਅੱਗ ਲਾਉਣੀ ਬੰਦ ਕਰ ਦੇਣਗੇ, ਪਰ ਉਸ ਦੇ ਪ੍ਰਬੰਧ ਦੇ ਲਈ ਵੀ ਸੁਖਾਲੇ ਢੰਗ ਆ ਜਿਹੜੇ, ਉਸ ਦੇ ਲਈ ਵੀ ਸਰਕਾਰ ਨੂੰ ਪ੍ਰਬੰਧ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਨੇ ਤਾਂ ਕਿ ਕਿਸਾਨ ਅੱਗ ਲਾਉਣ ਦੇ ਲਈ ਨਾੜ ਦੇ ਵਿੱਚ ਮਜਬੂਰ ਨਾ ਹੋਣ। ਔਰ ਜਿੱਥੇ ਜਿੱਥੇ ਪ੍ਰਬੰਧ ਨੇ, ਜੇਕਰ ਉੱਥੇ ਵੀ ਕੋਈ ਕਿਸਾਨ ਬੇਸਮਝੀ ਕਰਕੇ ਬੇਅਕਲੀ ਕਰਕੇ ਜੇਕਰ ਕੋਈ ਅੱਗ ਲਾਉਂਦਾ ਹੈ ਤਾਂ ਉਸਦੇ ਖਮਿਆਜੇ ਕਿੰਨੇ ਵੱਡੇ ਪੱਧਰ 'ਤੇ ਭੁਗਤਣੇ ਪੈਂਦੇ ਨੇ ਉਹ ਖੁਦ ਵੀ ਜਾਣਦੇ ਨੇ। ਅਤੇ ਇਸੇ ਕਰਕੇ ਸਾਡੀ ਵੀ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਖੇਤਾਂ ਦੇ ਵਿੱਚ ਅੱਗ ਨਾ ਲਾਈ ਜਾਵੇ। ਘੱਟੋ ਘੱਟ ਉਦੋਂ ਤੱਕ ਤਾਂ ਬਿਲਕੁਲ ਉਡੀਕਣਾ ਚਾਹੀਦਾ ਜਦੋਂ ਤੱਕ ਫਸਲ ਪੂਰੀ ਆ ਵੱਢੀ ਨਹੀਂ ਜਾਂਦੀ, ਮੰਡੀਆਂ ਦੇ ਵਿੱਚ ਪਹੁੰਚ ਨਹੀਂ ਜਾਂਦੀ। ਤਾਂ ਸਾਡੀ ਇਸ ਅਪੀਲ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਸਾਡੇ ਤੱਕ ਜਿਹੜੀ ਇਨਫੋਰਮੇਸ਼ਨ ਇੱਥੋਂ ਤੱਕ ਪਹੁੰਚਦੀ ਆ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਤਾਂ ਕਿ ਕਿਸੇ ਦਾ ਵੀ ਕੋਈ ਨੁਕਸਾਨ ਇਸ ਢੰਗ ਦੇ ਨਾਲ ਨਾ ਹੋ ਸਕੇ।